ਚੰਡੀਗੜ੍ਹ ਮੋਹਾਲੀ ਬਾਰਡਰ ਦੇ ਬਿਲਕੁਲ ਨਾਲ ਲੱਗਦੇ ਜੰਗਲਾਂ ਦੇ ਵਿੱਚ ਹਰਿਆਣਾ ਪੁਲਿਸ ਦੇ ਕਾਂਸਟੇਬਲ ਦੀ ਬਾਡੀ ਰਿਕਵਰ ਮਾਮਲੇ 'ਚ ਨਿਊਜ਼ 18 ਦੇ ਕੋਲ ਸੁਪਰ ਐਕਸਕਲੂਸਿਵ CCTV ਫੁਟੇਜ ਸਾਹਮਣੇ ਆਈ ਹੈ, ਜਿਹਦੇ ਵਿੱਚ ਸਾਫ਼ ਤੌਰ 'ਤੇ ਦੇਖਿਆ ਜਾ ਸਕਦਾ ਹੈ ਕਿ 2:45 'ਤੇ, ਯਾਨੀ ਕਿ ਰਾਤ ਦੇ 2:45 'ਤੇ ਇਸੇ ਰੋਡ 'ਤੇ, ਯਾਨੀ ਕਿ ਇਹ ਬਿਲਕੁਲ 56 ਤੋਂ ਰੋਡ ਆ ਰਿਹਾ, 3 ਬੰਦੇ ਪੈਦਲ ਆਉਂਦੇ ਹੋਏ ਨਜ਼ਰ ਆ ਰਹੇ ਨੇ, ਜਿਹਦੇ ਵਿੱਚ ਖੁਦ ਉਹ ਹਰਿਆਣਾ ਪੁਲਿਸ ਦਾ ਕਾਂਸਟੇਬਲ ਅਜੀਤ ਸਿੰਘ ਹੈ ਤੇ ਨਾਲ ਉਹਦੇ 2 ਨੌਜਵਾਨ ਨਾਲ ਚੱਲਦੇ ਨਜ਼ਰ ਆ ਰਹੇ ਨੇ। ਇੱਥੋਂ ਇਹ CCTV ਫੁਟੇਜ ਹੈ ਜਿਹੜੀ ਨਿਊਜ਼ 18 ਦੇ ਕੋਲ ਐਕਸਕਲੂਸਿਵ ਹੈ। ਇਸ ਪਾਸੋਂ ਆਏ ਹੈ ਤੇ ਇੱਥੋਂ ਹੋ ਕੇ ਬਿਲਕੁਲ ਇਹ ਰੋਡ ਕ੍ਰੋਸ ਕੀਤਾ, ਰੋਡ ਕ੍ਰੋਸ ਕਰਕੇ ਸਿੱਧਾ ਉਹ ਅੱਗੇ ਗਏ, ਯਾਨੀ ਕਿ ਜਿੱਥੇ ਇਹ ਜੰਗਲ ਏਰੀਆ ਹੈ, ਬਿਲਕੁਲ ਚੰਡੀਗੜ੍ਹ ਦਾ ਬਾਰਡਰ ਏਰੀਆ ਲੱਗਦਾ ਜਿੱਥੇ ਜੰਗਲ ਏਰੀਆ, ਜਿੱਥੇ ਅਜੀਤ ਸਿੰਘ ਦੀ ਬਾਡੀ ਰਿਕਵਰ ਹੋਈ ਹੈ। ਔਰ ਉਸਦੇ ਠੀਕ, ਯਾਨੀ ਕਿ 2:45 ਤੇ ਉਹ ਇੱਥੋਂ ਨਿਕਲੇ ਹੈ ਤੇ 3:20 ਤੇ ਉਹ ਵਾਪਸ, ਦੋ ਮੁੰਡੇ, ਯਾਨੀ ਕਿ ਅਜੀਤ ਸਿੰਘ ਗਾਇਬ ਸੀ, ਅਜੀਤ ਸਿੰਘ ਦਾ ਕਾਮ ਤਮਾਮ ਕਰਨ ਤੋਂ ਬਾਅਦ ਦੋਵੇਂ ਨੌਜਵਾਨ ਜਿਹੜੇ ਦੋ ਮੁੰਡੇ ਹੈ ਉਹ ਭੱਜਦੇ ਹੋਏ ਉਸੇ ਪਾਸੇ ਤੋਂ ਸਿੱਧਾ ਇੱਧਰ ਨੂੰ ਨਿਕਲਦੇ ਨਜ਼ਰ ਆ ਰਹੇ ਨੇ, ਜੋ ਕਿ CCTV ਦੇ ਵਿੱਚ ਕੈਦ ਹੋਇਆ। ਹਾਲਾਂਕਿ ਪੁਲਿਸ ਹੁਣ ਇਸ ਐਂਗਲ ਤੇ ਵੀ ਕੰਮ ਕਰ ਰਹੀ ਹੈ ਕਿ ਉਹ ਜਿਹੜੇ ਦੋ ਨੌਜਵਾਨ ਦਿਖ ਰਹੇ ਨੇ, ਦੋਨਾਂ ਨੇ ਟੀਸ਼ਰਟਾਂ ਪਾਈ ਹੋਈ ਹੈ, ਔਰ ਉਹ ਕੌਣ ਨੇ। ਹਾਲਾਂਕਿ ਹਜੇ ਕੋਈ ਗ੍ਰਿਫਤਾਰੀ ਇਸ ਮਾਮਲੇ 'ਚ ਨਹੀਂ ਹੋਈ ਹੈ, ਜਲਦੀ ਗ੍ਰਿਫਤਾਰੀ ਦੀ ਗੱਲ ਕੀਤੀ ਜਾ ਰਹੀ ਹੈ, ਜਲਦੀ ਕਈ ਕਲਿਊ ਪੁਲਿਸ ਦੇ ਹੱਥ ਲੱਗੇ ਨੇ, ਲੇਕਿਨ CCTV ਬਹੁਤ ਕੁਝ ਬੋਲਦੀ ਹੈ ਕਿ 3 ਲੋਕ ਇੱਥੋਂ ਪਹਿਲੇ 2:45 ਰਾਤ ਨੂੰ ਜਾਂਦੇ ਨਜ਼ਰ ਆ ਰਹੇ ਨੇ, ਜਿਹਦੇ ਵਿੱਚ ਖੁਦ ਕਾਂਸਟੇਬਲ ਮੌਜੂਦ ਸੀਗਾ, ਉਹਨਾਂ ਦੇ ਨਾਲ ਬੈਗ 'ਚ ਬੈਗ ਪਾਇਆ ਹੋਇਆ ਪਿੱਛੇ, ਜਿਹੜਾ ਸਮਾਨ ਵੀ ਰਿਕਵਰ ਹੋਇਆ ਉਹਦੇ ਕੋਲੋਂ, ਉਹਦੀ ਬਾਡੀ ਦੇ ਕੋਲੋਂ, ਔਰ ਦੋ ਬੰਦੇ ਉਹਦੇ ਨਾਲ ਚੱਲਦੇ ਨਜ਼ਰ ਆ ਰਹੇ ਨੇ। ਔਰ ਠੀਕ 35-40 ਮਿੰਟ ਬਾਅਦ ਉਹੀ ਮੁੰਡੇ, ਯਾਨੀ ਕਿ ਜਾਂਦੇ 3 ਹੈ, ਲੇਕਿਨ ਵਾਪਸੀ 'ਚ ਦੋ ਮੁੰਡੇ ਵਾਪਸ ਆਉਂਦੇ ਹੈ ਔਰ ਜਲਦ ਭੱਜਦੇ ਹੋਏ ਇੱਥੇ ਵਾਪਸ ਨਿਕਲ ਜਾਂਦੇ ਨੇ। ਉਹ ਮੁੰਡੇ ਕੌਣ ਨੇ, ਹੁਣ ਇਹ ਤਫਤੀਸ਼ ਕੀਤੀ ਜਾ ਰਹੀ ਹੈ ਕਿ ਉਸ ਦਿਨ ਜਿਸ ਦਿਨ ਇਹ ਮਰਡਰ ਹੋਇਆ ਅਜੀਤ ਸਿੰਘ ਦਾ, 2 ਨੌਜਵਾਨ ਉਸਦੇ ਨਾਲ ਸੀ। ਹਾਲਾਂਕਿ ਹੁਣ ਇਹ ਮੰਨ ਕੇ ਚੱਲ ਰਹੀ ਹੈ ਕਿ ਉਹੀ ਹੈ, ਉਹੀ ਉਹਨਾਂ ਨੇ ਮਰਡਰ ਕੀਤਾ ਜਾਂ ਫਿਰ ਕੋਈ ਹੋਰ ਹੈ। ਇਸ ਐਂਗਲ ਤੇ ਲਗਾਤਾਰ ਹੁਣ ਪੁਲਿਸ ਕੰਮ ਕਰ ਰਹੀ ਹੈ, ਕਿਉਂਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਹਰਿਆਣਾ ਪੁਲਿਸ ਦਾ ਬਾਹ ਵਰਦੀ ਉਹਦੀ ਬਾਡੀ ਮਿਲੀ ਔਰ ਬੇਰਹਿਮੀ ਦੇ ਨਾਲ ਉਹਦਾ ਮਰਡਰ ਕੀਤਾ ਹੋਇਆ ਸੀਗਾ। CCTV ਨਿਊਜ਼ 18 ਦੇ ਕੋਲ ਐਕਸਕਲੂਸਿਵ ਮੌਜੂਦ ਹੈ, ਜਿਹਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਉਹ ਆ ਰਹੇ ਹੈ ਔਰ ਕਿਸ ਤਰ੍ਹਾਂ। ਹਾਲਾਂਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ, CCTV ਫੁਟੇਜ ਹਰ ਪਾਸੇ ਦੀ ਖੰਗਾਲੀ ਜਾ ਰਹੀ ਹੈ। ਜਿਹੜੇ ਉਹ ਨੌਜਵਾਨ ਸੀ ਉਹ ਕੌਣ ਸੀ, ਇਹਦਾ ਵੀ ਹੁਣ ਪੂਰਾ ਵੇਰਵਾ ਲਿੱਤਾ ਜਾ ਰਿਹਾ ਹੈ, ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਲਿੱਤੀ ਜਾ ਰਹੀ ਹੈ ਔਰ ਜਲਦੀ ਗ੍ਰਿਫਤਾਰੀ ਦੀ ਵੀ ਗੱਲ ਪੁਲਿਸ ਵੱਲੋਂ ਕੀਤੀ ਗਈ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਵਿਨੋਦ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ। ਚੰਡੀਗੜ੍ਹ ਮੋਹਾਲੀ ਬਾਰਡਰ ਦੇ ਬਿਲਕੁਲ ਨਾਲ ਲੱਗਦੇ ਜੰਗਲਾਂ ਦੇ ਵਿੱਚ ਹਰਿਆਣਾ ਪੁਲਿਸ ਦੇ ਕਾਂਸਟੇਬਲ ਦੀ ਬਾਡੀ ਰਿਕਵਰ ਮਾਮਲੇ 'ਚ ਨਿਊਜ਼ 18 ਦੇ ਕੋਲ ਸੁਪਰ ਐਕਸਕਲੂਸਿਵ CCTV ਫੁਟੇਜ ਸਾਹਮਣੇ ਆਈ ਹੈ, ਜਿਹਦੇ ਵਿੱਚ ਸਾਫ਼ ਤੌਰ 'ਤੇ ਦੇਖਿਆ ਜਾ ਸਕਦਾ ਹੈ ਕਿ 2:45 'ਤੇ, ਯਾਨੀ ਕਿ ਰਾਤ ਦੇ 2:45 'ਤੇ ਇਸੇ ਰੋਡ 'ਤੇ, ਯਾਨੀ ਕਿ ਇਹ ਬਿਲਕੁਲ 56 ਤੋਂ ਰੋਡ ਆ ਰਿਹਾ, 3 ਬੰਦੇ ਪੈਦਲ ਆਉਂਦੇ ਹੋਏ ਨਜ਼ਰ ਆ ਰਹੇ ਨੇ, ਜਿਹਦੇ ਵਿੱਚ ਖੁਦ ਉਹ ਹਰਿਆਣਾ ਪੁਲਿਸ ਦਾ ਕਾਂਸਟੇਬਲ ਅਜੀਤ ਸਿੰਘ ਹੈ ਤੇ ਨਾਲ ਉਹਦੇ 2 ਨੌਜਵਾਨ ਨਾਲ ਚੱਲਦੇ ਨਜ਼ਰ ਆ ਰਹੇ ਨੇ। ਇੱਥੋਂ ਇਹ CCTV ਫੁਟੇਜ ਹੈ ਜਿਹੜੀ ਨਿਊਜ਼ 18 ਦੇ ਕੋਲ ਐਕਸਕਲੂਸਿਵ ਹੈ। ਇਸ ਪਾਸੋਂ ਆਏ ਹੈ ਤੇ ਇੱਥੋਂ ਹੋ ਕੇ ਬਿਲਕੁਲ ਇਹ ਰੋਡ ਕ੍ਰੋਸ ਕੀਤਾ, ਰੋਡ ਕ੍ਰੋਸ ਕਰਕੇ ਸਿੱਧਾ ਉਹ ਅੱਗੇ ਗਏ, ਯਾਨੀ ਕਿ ਜਿੱਥੇ ਇਹ ਜੰਗਲ ਏਰੀਆ ਹੈ, ਬਿਲਕੁਲ ਚੰਡੀਗੜ੍ਹ ਦਾ ਬਾਰਡਰ ਏਰੀਆ ਲੱਗਦਾ ਜਿੱਥੇ ਜੰਗਲ ਏਰੀਆ, ਜਿੱਥੇ ਅਜੀਤ ਸਿੰਘ ਦੀ ਬਾਡੀ ਰਿਕਵਰ ਹੋਈ ਹੈ। ਔਰ ਉਸਦੇ ਠੀਕ, ਯਾਨੀ ਕਿ 2:45 ਤੇ ਉਹ ਇੱਥੋਂ ਨਿਕਲੇ ਹੈ ਤੇ 3:20 ਤੇ ਉਹ ਵਾਪਸ, ਦੋ ਮੁੰਡੇ, ਯਾਨੀ ਕਿ ਅਜੀਤ ਸਿੰਘ ਗਾਇਬ ਸੀ, ਅਜੀਤ ਸਿੰਘ ਦਾ ਕਾਮ ਤਮਾਮ ਕਰਨ ਤੋਂ ਬਾਅਦ ਦੋਵੇਂ ਨੌਜਵਾਨ ਜਿਹੜੇ ਦੋ ਮੁੰਡੇ ਹੈ ਉਹ ਭੱਜਦੇ ਹੋਏ
ਇਸੇ ਪਾਸੇ ਤੋਂ ਸਿੱਧਾ ਇੱਧਰ ਨੂੰ ਨਿਕਲਦੇ ਨਜ਼ਰ ਆ ਰਹੇ ਨੇ ਜੋ ਕਿ ਸੀਸੀਟੀਵੀ ਦੇ ਵਿੱਚ ਕੈਦ ਹੋਇਆ। ਹਾਲਾਂਕਿ ਪੁਲਿਸ ਹੁਣ ਇਸ ਐਂਗਲ ਤੇ ਵੀ ਕੰਮ ਕਰ ਰਹੀ ਹੈ ਕਿ ਉਹ ਜਿਹੜੇ ਦੋ ਨੌਜਵਾਨ ਦਿਖ ਰਹੇ ਨੇ, ਦੋਨਾਂ ਨੇ ਟੀਸ਼ਰਟਾਂ ਪਾਈ ਹੋਈ ਹੈ, ਔਰ ਉਹ ਕੌਣ ਨੇ। ਹਾਲਾਂਕਿ ਹਜੇ ਕੋਈ ਗ੍ਰਿਫਤਾਰੀ ਇਸ ਮਾਮਲੇ 'ਚ ਨਹੀਂ ਹੋਈ ਹੈ, ਜਲਦੀ ਗ੍ਰਿਫਤਾਰੀ ਦੀ ਗੱਲ ਕੀਤੀ ਜਾ ਰਹੀ ਹੈ, ਜਲਦੀ ਕਈ ਕਲਿਊ ਪੁਲਿਸ ਦੇ ਹੱਥ ਲੱਗੇ ਨੇ। ਲੇਕਿਨ ਸੀਸੀਟੀਵੀ ਬਹੁਤ ਕੁਝ ਬੋਲਦੀ ਹੈ ਕਿ ਤਿੰਨ ਲੋਕ ਇੱਥੋਂ ਪਹਿਲੇ 2:45 ਰਾਤ ਨੂੰ ਜਾਂਦੇ ਨਜ਼ਰ ਆ ਰਹੇ ਨੇ, ਜਿਹਦੇ ਵਿੱਚ ਖੁਦ ਕਾਂਸਟੇਬਲ ਮੌਜੂਦ ਸੀਗਾ, ਉਹਨਾਂ ਦੇ ਨਾਲ ਬੈਗ 'ਚ ਬੈਗ ਪਾਇਆ ਹੋਇਆ ਪਿੱਛੇ, ਜਿਹੜਾ ਸਮਾਨ ਵੀ ਰਿਕਵਰ ਹੋਇਆ ਉਹਦੇ ਕੋਲੋਂ, ਉਹਦੀ ਬਾਡੀ ਦੇ ਕੋਲੋਂ, ਔਰ ਦੋ ਬੰਦੇ ਉਹਦੇ ਨਾਲ ਨਾਲ ਚੱਲਦੇ ਨਜ਼ਰ ਆ ਰਹੇ ਨੇ। ਔਰ ਠੀਕ 35 ਤੋਂ 40 ਮਿੰਟ ਬਾਅਦ ਉਹੀ ਮੁੰਡੇ, ਯਾਨੀ ਕਿ ਜਾਂਦੇ ਤਿੰਨ ਹੈ ਲੇਕਿਨ ਵਾਪਸੀ 'ਚ ਦੋ ਮੁੰਡੇ ਵਾਪਸ ਆਉਂਦੇ ਆ, ਔਰ ਜਲਦ ਭੱਜਦੇ ਹੋਏ ਇੱਥੇ ਵਾਪਸ ਨਿਕਲ ਜਾਂਦੇ ਨੇ। ਉਹ ਮੁੰਡੇ ਕੌਣ ਨੇ, ਹੁਣ ਇਹ ਤਫਤੀਸ਼ ਕੀਤੀ ਜਾ ਰਹੀ ਹੈ ਕਿ ਉਸ ਦਿਨ ਜਿਸ ਦਿਨ ਇਹ ਮਰਡਰ ਹੋਇਆ ਅਜੀਤ ਸਿੰਘ ਦਾ, ਦੋ ਨੌਜਵਾਨ ਉਸਦੇ ਨਾਲ ਸੀ। ਹਾਲਾਂਕਿ ਹੁਣ ਇਹ ਮੰਨ ਕੇ ਚੱਲ ਰਹੀ ਹੈ ਕਿ ਉਹੀ ਹੈ, ਉਹੀ ਉਹਨਾਂ ਨੇ ਮਰਡਰ ਕੀਤਾ ਜਾਂ ਫਿਰ ਕੋਈ ਹੋਰ ਹੈ। ਇਸ ਐਂਗਲ ਤੇ ਲਗਾਤਾਰ ਹੁਣ ਪੁਲਿਸ ਕੰਮ ਕਰ ਰਹੀ ਹੈ, ਕਿਉਂਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਹਰਿਆਣਾ ਪੁਲਿਸ ਦਾ ਬਾਹ ਵਰਦੀ ਉਹਦੀ ਬਾਡੀ ਮਿਲੀ, ਔਰ ਬੇਰਹਿਮੀ ਦੇ ਨਾਲ ਉਹਦਾ ਮਰਡਰ ਕੀਤਾ ਹੋਇਆ ਸੀਗਾ। ਸੀਸੀਟੀਵੀ ਨਿਊਜ਼ 18 ਦੇ ਕੋਲ ਐਕਸਕਲੂਸਿਵ ਮੌਜੂਦ ਹੈ, ਜਿਹਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਉਹ ਆ ਰਹੇ ਹੈ ਔਰ ਕਿਸ ਤਰ੍ਹਾਂ। ਹਾਲਾਂਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ, ਸੀਸੀਟੀਵੀ ਫੁਟੇਜ ਹਰ ਪਾਸੇ ਦੀ ਖੰਗਾਲੀ ਜਾ ਰਹੀ ਹੈ। ਜਿਹੜੇ ਉਹ ਨੌਜਵਾਨ ਸੀ ਉਹ ਕੌਣ ਸੀ, ਇਹਦਾ ਵੀ ਹੁਣ ਪੂਰਾ ਵੇਰਵਾ ਲਿੱਤਾ ਜਾ ਰਿਹਾ ਹੈ, ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਲਿੱਤੀ ਜਾ ਰਹੀ ਹੈ, ਔਰ ਜਲਦੀ ਗ੍ਰਿਫਤਾਰੀ ਦੀ ਵੀ ਗੱਲ ਪੁਲਿਸ ਵੱਲੋਂ ਕੀਤੀ ਗਈ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਵਿਨੋਦ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।